ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕਵਰਪਾਲ ਸਿੰਘ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਕੀਰਤਪੁਰ ਸਾਹਿਬ ਅਤੇ ਚੰਗਰ ਖੇਤਰ ਆਪਸ 'ਚ ਜੁੜੇ ਹੋਏ ਹਨ ਅਤੇ ਚੰਗਰ ਇਲਾਕਿਆਂ ਦੀ ਸਭ ਤੋਂ ਪੁਰਾਣੀ ਸਿੰਚਾਈ ਵਾਲੇ ਪਾਣੀ ਦੀ ਪਿਛਲੀ 50 ਤੋਂ 60 ਸਾਲਾਂ ਤੋਂ ਮੁਸ਼ਕਿਲਾਂ ਆ ਰਹੀਆਂ ਸੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪਿਛਲੇ ਵਿਧਾਨ ਸਭਾ ਸੈਸ਼ਨ ਦੇ ਦੌਰਾਨ 56 ਕਰੋੜ ਰੁਪਏ ਪਾਣੀ ਵਾਲੀ ਸਕੀਮ ਦੇ ਲਈ ਮਨਜ਼ੂਰ ਕੀਤੇ ਜਿਸ ਨਾਲ ਬਰਸੋਂ ਤੋਂ ਪੁਰਾਣੇ ਤੋਂ ਤਰਸਦਾ ਖੇਤਰ ਖੁਸ਼ਹਾਲ ਹੋਵੇਗਾ। ਪਾਣੀ ਲੈਂਦਾ ਪਰ ਬਹੁਤ ਸਾਰੇ ਲੋਕਾਂ ਨੇ ਇੱਥੇ ਵਾਅਦੇ ਕੀਤੇ। ਮੈਂ ਧੰਨਵਾਦੀ ਹਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਪਿਛਲੇ ਅਸੈਂਬਲੀ ਦੇ ਅਜਲਾਸ 'ਚ 56 ਕਰੋੜ ਦੀ ਸਕੀਮ ਜਿਹੜੀ ਹੈ ਪਾਣੀ ਦੀ ਮਨਜ਼ੂਰ ਕਰ ਦਿੱਤੀ। ਚੰਗਰ ਦੇ ਖੇਤਾਂ ਨੂੰ ਅਸੀਂ ਪਾਣੀ ਦੇਵਾਂਗੇ, ਹਰਿਆਲੀ ਲਿਆਵਾਂਗੇ ਔਰ ਇਹਦੀ ਜਿਹੜੀ ਸ਼ੁਰੂਆਤ ਹੈ ਕੰਮ ਦੀ, ਸਾਡਾ ਟੀਚਾ ਹੈ ਕਿ ਇਸ ਮਈ ਮਹੀਨੇ ਦੇ ਵਿੱਚ ਇਸ ਕੰਮ ਦਾ ਨਿਉਂ ਪੱਥਰ ਰੱਖ ਕੇ ਕੰਮ ਸ਼ੁਰੂ ਕਰਾਤਾ ਜਾਏ। ਸੋ ਚੰਗਰ ਖੁਸ਼ਹਾਲ ਹੋਏਗਾ, ਕੀਰਤਪੁਰ ਖੁਸ਼ਹਾਲ ਹੋਏਗਾ। ਕੀਰਤਪੁਰ ਦੇ ਕੁਛ ਆਪਣੇ ਮਸਲੇ ਹੈ, ਅਸੀਂ ਥੋੜ੍ਹੇ ਚਿਰ ਦਿਨਾਂ ਦੇ ਅੰਦਰ ਕੀਰਤਪੁਰ ਪ੍ਰੋਪਰ ਸ਼ਹਿਰ ਬਾਰੇ ਵੀ ਬਹੁਤ ਕੁਛ ਕਰਨਾ ਜਾ ਰਹੇ ਹੈ। ਇਹ ਬੜੀ ਪਵਿੱਤਰ ਨਗਰੀ ਹੈ, ਅਸੀਂ ਭਰਪੂਰ ਕੋਸ਼ਿਸ਼ ਕਰਾਂਗੇ ਕਿ ਕੀਰਤਪੁਰ ਸਾਹਿਬ ਨੂੰ ਵੀ ਹਰ ਤਰੀਕੇ ਨਾਲ ਸੁੱਖ ਸਹੂਲਤਾਂ ਦੇ ਕੇ ਲੋਕਾਂ ਦਾ ਜੀਵਨ ਪੱਧਰ ਬਿਹਤਰ ਬਣਾਇਆ ਜਾਏ। ਸ਼੍ਰੀ ਅਨੰਦਪੁਰ ਸਾਹਿਬ ਤੋਂ ਖਬਰਾਂ ਦੀ ਰਿਪੋਰਟ, ਚੈਨਲ 2।